ਸਭ ਦੋਸਤਾਂ ਨੂੰ ਨਵੇਂ ਸਾਲ ਦੀ ਹੈਪੀ ਨਿਊ ਈਅਰ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਭ ਲੋਕ ਠੀਕ ਠਾਕ ਔਰ ਖੈਰ ਖੈਰੀਅਤ ਨਾਲ ਹੋਣਗੇ। ਦੋਸਤੋ, ਆਹ ਸਾਲ ਦਾ ਆਖਰੀ ਦਿਨ ਆ 2023 ਦਾ, ਅਤੇ ਕੱਲ੍ਹ ਤੋਂ 2024 ਸਟਾਰਟ ਹੋ ਜਾਣਾ, ਅਤੇ ਅੱਜ ਦਸੰਬਰ ਦੀ ਵੀ ਆਖਰੀ ਸੁਬਹਾ ਆ। ਸੁਬਹ ਦਾ ਟਾਈਮ ਵਲੌਗ ਸ਼ੁਰੂ ਕੀਤਾ, ਅੱਜ ਦਸੰਬਰ ਦੀ ਆਖਰੀ ਸੁਬਹਾ ਅਤੇ ਆਖਰੀ ਦਿਨ ਆ ਅੱਜ, ਅਤੇ ਅੱਜ ਮੈਂ ਖਾ ਰਿਹਾ ਚੂਰੀ। ਤੁਹਾਨੂੰ ਪਿਛਲੇ ਵਲੌਗ ਤੁਸੀਂ ਦੇਖਿਆ ਹੋਣਾ ਕਿ ਮੈਂ ਗਿਆ ਸੀ ਮੱਕੀ ਪਸਵਾਨ, ਅਸੀਂ ਮੱਕੀ ਰੋਟੀ ਬਣਾ ਕੇ ਤਾਂ ਅੱਜ ਬਣਾਈ ਆ ਚੂਰੀ। ਜਿਹੜਾ ਦੋਸਤ ਨੇ ਖਾਣੀ ਆ ਉਹ ਆ ਜਾਵੇ, ਨਹੀਂ ਖਾਣੀ ਤਾਂ ਮੈਂ ਤਾਂ ਫਿਰ ਖਾ ਰਿਹਾ ਵਾਂ। ਸਾਗ ਤਾਂ ਦੋਸਤ ਮੈਂ ਖਾਂਦਾ ਨਹੀਂ, ਲੈ ਆਉਂਦਾ ਮੈਂ ਖਾਂਦਾ ਨਹੀਂ ਕਿਉਂਕਿ ਸਾਗ ਲੜਦਾ। ਪਰਾਂਠੇ ਖਾ ਲਈਦੇ ਆ ਸਾਗ ਵਾਲੇ, ਲੇਕਿਨ ਸਾਗ ਨਹੀਂ ਖਾਂਦਾ। ਚੂਰੀ ਤਾਂ ਫਿਰ ਜਿਹੜੀ ਰੋਟੀ ਬਣਾਉਂਦੇ ਹਾਂ ਉਹਦੀ ਚੂਰੀ ਬਣਾ ਲੈਂਦੇ ਮੈਂ ਕਈ ਦੀ, ਅਤੇ ਰਿਕੁਐਸਟ ਇਹੀ ਹੈ ਯਾਰ ਚੈਨਲ ਨੂੰ ਸਬਸਕ੍ਰਾਈਬ ਮਾਰੋ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਲਿਓ। ਤੁਹਾਨੂੰ ਆਪਣੇ ਪਰਿੰਦਿਆਂ ਦਾ ਵੀ ਸ਼ੌਕ ਕਰਾਉਂਦਾ, ਜਦੋਂ ਮੈਂ ਖਾ ਲਵਾਂ ਚੂਰੀ ਫਿਰ ਤੁਹਾਨੂੰ ਪਰਿੰਦਿਆਂ ਦਾ ਸ਼ੌਕ ਵੀ ਕਰਾਉਂਦਾ। ਵੈਲਕਮ ਬੈਕ ਦੋਸਤੋ, ਚੂਰੀ ਖਾ ਲਈ ਆ ਅਤੇ ਹੁਣ ਤੁਹਾਨੂੰ ਆਪਣੇ ਪਰਿੰਦਿਆਂ ਦਾ ਸ਼ੌਕ ਕਰਾਉਣਾ ਤਾਂ ਫਿਰ ਜਾਵਾਂ ਦੁਕਾਨ 'ਤੇ। ਹੁਣ ਤਾਂ ਹੋ ਗਿਆ ਜੀ 10 ਵੱਜ ਗਏ ਆ, ਅਤੇ ਆਹ ਘਰ ਵਾਲਿਆਂ ਨੇ ਇਹਨਾਂ ਨੂੰ ਰੱਖਿਆ ਲੁਕੋ ਕੇ ਕਮਰੇ ਦੇ ਵਿੱਚ ਹੀ। ਦੇਖੋ ਕਿਸ ਤਰ੍ਹਾਂ ਲੁਕੋਏ ਹੋਏ ਆ, ਡਬਲ ਚਾਦਰ ਦਿੱਤੀ ਆ, ਗਰਮ ਹੋਏ ਪਿਆ ਵਾ ਬਾਈ। ਅਤੇ ਅੱਜ ਇਹਨਾਂ ਨੂੰ ਅੰਦਰ ਹੀ ਛੱਡਣਾ, ਬਾਹਰ ਤਾਂ ਨਹੀਂ ਛੱਡਣਾ ਕਿਉਂਕਿ ਬਾਹਰ ਸਰਦੀ ਬਹੁਤ ਜ਼ਿਆਦਾ, ਅਤੇ ਇਹਨਾਂ ਨੂੰ ਹੁਣ ਮੈਂ ਉਹ ਉੱਥੇ ਛੱਡ ਕੇ ਤਾਂ ਤੁਹਾਨੂੰ ਫਿਰ ਦਿਖਾਉਂਦਾ। ਗੁੱਡ ਮਾਰਨਿੰਗ, ਉੱਠ ਗਏ ਹੋ? ਮਾਸ਼ਾਅੱਲਾ ਹੁਣ ਤਾਂ ਐਕਟਿਵ ਹੋ ਗਏ, ਪਹਿਲੇ ਤਾਂ ਬਹੁਤ ਸੁਸਤ ਸੁਸਤ ਸੀਗੇ, ਅਤੇ ਹੁਣ ਗਰਮ ਵੀ ਵਾਹਵਾ ਹੀ ਹੋਏ ਪਏ ਆ ਦੇਖੋ। ਬਸ ਮਜਬੂਰੀ ਆ, ਖਵਾਉਣਾ ਪਵਾਉਣਾ ਤਾਂ ਹੈ ਨਹੀਂ, ਤਾਂ ਇਹਨਾਂ ਨੂੰ ਢੱਕੇ ਹੀ ਰਹਿਣ ਦਿੰਦੇ। ਓਹੋ, ਇਹਦੇ ਤਾਂ ਚਾਦਰ ਵੀ ਥੱਲੇ ਵਿਛਾਉਣੀ, ਨਹੀਂ ਤਾਂ ਘਰੋਂ ਗਾਲਾਂ ਪੈ ਜਾਣੀਆਂ। ਅਤੇ ਇੱਕ ਮਿੰਟ ਪਹਿਲਾਂ ਚਾਦਰ ਵਿਛਾ ਲਵਾਂ ਫਿਰ ਇਹਨਾਂ ਨੂੰ ਛੱਡਦਾ। ਬਸ ਕਰੋ ਤੁਸੀਂ ਸ਼ੋਰ ਮਚਾ ਲਿਆ। ਨਹੀਂ ਮਾਸ਼ਾਅੱਲਾ ਚੈੱਕ ਕਰੋ ਕਿੰਨੇ ਐਕਟਿਵ ਆ, ਆਹ ਛੋਟੀ ਦੁਨੀਆ, ਇਸ ਤੋਂ ਵੱਡੀ ਆ ਦੂਸਰੇ ਦੇਸੀ ਮੁਰਗੇ ਫੈਂਸੀ, ਉਸ ਤੋਂ ਵੱਡੀ ਦੁਨੀਆ ਅਸੀਲ ਮੁਰਗੇ, ਤਿੰਨ ਦੁਨੀਆ ਪਰਿੰਦੇ ਹੋ ਗਏ ਹੁਣ। ਮਾਸ਼ਾਅੱਲਾ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਆ ਰਿਹਾ ਕੱਲ੍ਹ ਨੂੰ 2024, ਉਸ ਦੇ ਵਿੱਚ ਇਨਸ਼ਾਅੱਲਾ ਆਪਾਂ ਕੋਲ ਪੂਰਾ ਸੈਟਅਪ ਬਣ ਜਾਣਾ, ਫਿਰ ਤੁਸੀਂ ਵੀ ਸ਼ੋਕ ਕਰੀਓ ਤਾਂ ਅਸੀਂ ਵੀ ਸ਼ੋਕ ਕਰਾਂਗੇ ਪਰਿੰਦਿਆਂ ਦਾ। ਹੁਣ ਦੋਸਤ ਇਹਨਾਂ ਨੂੰ ਕਰੀਏ ਬੰਦ, ਅਤੇ ਛੱਡੀਏ ਆਪਣੇ ਦੂਸਰੇ ਮੁਰਗੇ, ਇਹਨਾਂ ਨੂੰ ਫਿਰ ਨਾ ਰਾਤ ਨੂੰ ਆ ਕੇ ਥੋੜ੍ਹੀ ਦੇਰ ਛੱਡ ਲੈਂਦਾ ਹੁੰਦਾ, ਜਾਂ ਦੁਪਹਿਰ ਹੀ ਧੁੱਪ ਨਿਕਲੇ ਤਾਂ ਇਹਨੂੰ ਛੱਡ ਲੈਂਦੇ ਹੁੰਦੇ ਉੱਥੇ ਦੂਸਰੇ ਪਿੰਜਰੇ 'ਚ ਨਾ, ਉਹ ਜਾਲੀ ਵਾਲੇ 'ਚ, ਅਤੇ ਫਿਰ ਧੁੱਪ ਦੇ ਵਿੱਚ ਰੱਖ ਦਿੰਦੇ ਹੁੰਦੇ। ਹੁਣ ਇਹਨਾਂ ਨੂੰ ਕਰੀਏ ਬੰਦ, ਤੁਸੀਂ ਕਰੋ ਰੈਸਟ। ਚਲੋ ਜੀ, ਤੁਸੀਂ ਵੀ ਜਾਓ। ਤੁਸੀਂ ਹੁਣ ਕਰੋ ਰੈਸਟ, ਅਤੇ ਫਿਰ ਮਿਲਾਂਗੇ ਦੁਪਹਿਰ ਨੂੰ। ਹੁਣ ਹੋਰ ਪਰਿੰਦੇ ਛੱਡ ਲਈਏ।
ਖੈਰ ਇਹਨਾਂ ਨੂੰ ਢੱਕ ਦਿੱਤਾ, ਇਹਨਾਂ ਨੂੰ ਢੱਕ ਦਿੱਤਾ, ਹੁਣ ਚੱਲਦੇ ਹਾਂ ਬਾਹਰ। ਅਤੇ ਬਾਹਰ ਵੱਡੇ ਮੁਰਗੇ ਵੀ ਤੁਹਾਨੂੰ ਦਿਖਾਉਂਦੇ ਹਾਂ। ਸ਼ੌਕ ਦਾ ਵੈਸੇ ਸ਼ੌਕ ਦਾ ਮੁੱਲ ਕੋਈ ਨਹੀਂ, ਟਾਈਮ ਬਹੁਤ ਜ਼ਿਆਦਾ ਲੱਗਦਾ ਇਹਨਾਂ 'ਤੇ, ਪਹਿਲੇ ਤਾਂ ਖੈਰ ਦੋ ਚਾਰ ਆ, ਜਦੋਂ ਵੱਧ ਗਏ ਫਿਰ ਤਾਂ ਤੁਹਾਨੂੰ ਪਤਾ ਪੂਰਾ ਪੂਰਾ ਦਿਨ ਲੰਘ ਜਾਏਗਾ ਇਹਨਾਂ ਇਹਨਾਂ ਦੇ ਉੱਤੇ ਹੀ, ਇਹਨਾਂ ਨੂੰ ਛੱਡ, ਇਹਨਾਂ ਨੂੰ ਵਗੈਰਾ ਵਗੈਰਾ ਨਾ, ਇਹਨਾਂ ਦਾ ਕੰਮ ਪੂਰਾ ਕਰਨ ਵਾਸਤੇ ਪੂਰਾ ਦਿਨ ਲੰਘ ਜਾਏਗਾ ਇਹਨਾਂ। ਹੁਣ ਚੱਲਦੇ ਹਾਂ ਬਾਹਰ, ਬਾਹਰ ਵਾਲੇ ਵੀ ਤੁਹਾਨੂੰ ਮੁਰਗੇ। ਜਿਸ ਤਰ੍ਹਾਂ ਸਰਦੀ ਵੱਧਦੀ ਪਈ ਆ ਉਸ ਤਰ੍ਹਾਂ ਆਪਾਂ ਪਹਿਲੇ ਕਲੀਨ ਸੀਗਾ ਅਤੇ ਹੁਣ ਇੱਥੇ ਛਾਪਰ ਦੇ ਦਿੱਤਾ, ਇਹਨਾਂ ਦੀ ਹਿਫਾਜ਼ਤ ਵੀ ਉਸ ਤਰ੍ਹਾਂ ਹੀ ਕਰਨੀ ਪੈਣੀ ਨਾ, ਜਿਸ ਤਰ੍ਹਾਂ ਸੂਰਜ ਦਾ ਲੱਗੇ ਤਾਂ ਨਾਮ ਨਿਸ਼ਾਨ ਕੋਈ ਨਹੀਂ। ਤਾਂ ਹੁਣ ਇਹਨਾਂ ਨੂੰ ਛੱਡਦੇ ਹਾਂ, ਫਿਰ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਮੁਰਗੀਆਂ ਦਾ ਸ਼ੌਕ ਵੀ ਕਰਾਉਂਦੇ ਹਾਂ, ਤਾਂ ਵੀਡੀਓ ਦੇ ਨਾਲ ਨਾਲ ਤੁਸੀਂ ਜੁੜੇ ਰਹੋ। ਖਾ ਲਓ ਜਲਦੀ ਜਲਦੀ। ਇਹਨਾਂ ਦਾ ਕੰਮ ਚੱਕ ਕਰੋ, ਆਟਾ ਚੱਕ ਕੇ ਉਹ ਦੌੜ ਗਈ ਖਾਣ ਵਾਸਤੇ, ਬਈ 10 ਬੰਦਾ ਇੱਕ ਕਿਸੇ ਨੇ ਖਾਣਾ ਹੈਗਾ, ਕਿੱਦਾਂ ਦੀ ਆ ਦੇਖ ਲਓ, ਦੂਸਰੇ ਇਹਦੇ ਵਿੱਚ ਹੀ ਖਾਂਦੇ ਪਏ ਆ। ਤੁਸੀਂ ਹੌਸਲਾ ਕਰੋ ਜ਼ਰਾ ਇੱਕ, ਤੁਹਾਨੂੰ ਵੀ ਛੱਡਦਾ, ਬ੍ਰੇਕ 'ਤੇ ਪੈਰ ਰੱਖੋ। ਖਾ ਲਾ ਜਲਦੀ ਜਲਦੀ। ਤੁਸੀਂ ਵੀ ਖਿੱਚ ਕੇ ਰੱਖੋ ਕੰਮ, ਚਲੋ ਉਹ ਉਹਦਾ ਖਾ ਕੇ ਆ ਗਈ ਆ। ਪੌਦਿਆਂ ਸਾਰਿਆਂ ਦਾ ਸਤਿਆਨਾਸ਼ ਕਰ ਦਿੱਤਾ, ਦੇਖੋ ਕਵਾਰ। ਅੱਜ ਮੁਰਗੀਆਂ ਨਾ ਇਹਨਾਂ ਦੇ ਵੀਡੀਓ ਵੀ ਮੈਂ ਫਾਰਮ ਦੀ ਬਣਾਈ ਹੋਈ ਹੈ, ਜਿਸ ਫਾਰਮ ਤੋਂ ਲੈ ਕੇ ਆਇਆ ਸੀਗਾ, ਅਤੇ ਉਹ ਵੀ ਇਨਸ਼ਾਲਾ ਅੱਜ ਕੱਲ੍ਹ 'ਚ ਵੀਡੀਓ ਅਪਲੋਡ ਕਰ ਦੂੰਗਾ। ਅੱਜ ਫਾਰਮ ਤੋਂ ਮੈਂ ਆਹ ਮੁਰਗੀਆਂ ਲੈ ਕੇ ਆਇਆ ਸੀ ਨਾ, ਆਹ ਵਾਲੀਆਂ ਕਾਲੀਆਂ ਵਾਲੀਆਂ, ਅਤੇ ਇਹ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਸੀਗੀਆਂ, ਤੁਹਾਨੂੰ ਚੈੱਕ ਕਰਾਊਂਗਾ, ਉਹ ਵੀ ਫਾਰਮ ਚੈੱਕ ਕਰੀਓ। ਉੱਥੇ ਸਾਰੀਆਂ ਪਿਓਰ ਕਾਲੀਆਂ ਔਰ ਦੂਸਰੀਆਂ ਮੁਰਗੀਆਂ ਸੀਗੀਆਂ ਫੈਂਸੀ। ਚਲੋ ਖੁੱਡੇ 'ਚ, ਚਲੋ ਚਲੋ ਚਲੋ, ਤੁਸੀਂ ਵੀ ਚਲੋ, ਚਲੋ ਭਾਅ ਜੀ ਤੁਸੀਂ ਵੀ ਚਲੋ। ਇਹ ਦੂਸਰੀ ਛੋਟੀ ਦੁਨੀਆ ਵੀ ਬੰਦ ਹੋ ਗਈ, ਹੁਣ ਤੀਸਰੀ ਦੁਨੀਆ ਨੂੰ ਛੱਡੀਏ। ਖਾ ਲਓ ਜਲਦੀ ਜਲਦੀ। ਉਸ ਦਾ ਟਾਈਮ ਹੋ ਗਿਆ 11:04, ਅਤੇ ਤੀਸਰੀ ਦੁਨੀਆ ਨੂੰ ਛੱਡ ਲਿਆ ਆਪਾਂ, ਵੱਡੀ ਦੁਨੀਆ ਨੂੰ। ਦੋਸਤੋ ਇਹਨਾਂ ਨੂੰ ਖਾਣ ਦਿੰਦੇ, ਤੁਹਾਨੂੰ ਬਾਹਰਲਾ ਮਾਹੌਲ ਵੀ ਦਿਖਾਉਂਦਾ।
ਟਾਇਰ ਨਾਲ ਦੁਕਾਨ ਬੰਦ ਆ ਭਾਈ ਕਿਤੇ ਸਮਾਨ ਲੈਣ ਗਿਆ ਹੋਇਆ ਅਤੇ ਆਹ ਸਾਡੀ ਗਲੀ ਦਾ ਨਜ਼ਾਰਾ ਅਤੇ ਸੂਰਜ ਦੀ ਅੱਜ ਮੈਨੂੰ ਲੱਗਦਾ ਕੋਈ ਸੂਰਤ ਹਾਲ ਕੋਈ ਨਹੀਂ ਵੈਲਕਮ ਬੈਕ ਦੋਸਤੋ ਮੈਂ ਆ ਗਿਆ ਦੁਕਾਨ 'ਤੇ ਅਤੇ ਸਭ ਦੋਸਤਾਂ ਨੂੰ ਨਵੇਂ ਸਾਲ ਦੀ ਹੈਪੀ ਨਿਊ ਈਅਰ ਅਤੇ ਨਵੇਂ ਸਾਲ ਦੀ ਬਹੁਤ ਬਹੁਤ ਖੁਸ਼ੀਆਂ ਮੁਬਾਰਕ ਹੋਣ ਅਤੇ ਅੱਜ ਸਾਲ ਦਾ ਆਖਰੀ ਦਿਨ ਆ ਦਸੰਬਰ ਦਾ ਵੀ ਮੁੱਕ ਜਾਣਾ ਅਤੇ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਸਭ ਨੂੰ ਅੱਲਾਹ ਤਾਲਾ ਖੁਸ਼ੀਆਂ ਤਾਂ ਫਰਮਾਵੇ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਮਾਰ ਦਿਉ ਔਰ ਵੀਡੀਓ ਨੂੰ ਲਾਈਕ ਕਰ ਦਿਉ ਨਵਾਂ ਆਉਣ ਵਾਲਾ ਸਾਲ ਨਵਾਂ ਅੱਛਾ ਗੁਜ਼ਰੇ ਅਤੇ ਤੁਹਾਨੂੰ ਚੈੱਕ ਕਰਾਉਣਾ ਦੁਕਾਨ ਦੇ ਅੱਗੇ ਆ ਕੈਰੀ ਡੱਬੇ ਤਾਂ ਹਾਈ ਅਸਾਂ ਰਸ਼ ਹੀ ਰਸ਼ ਲੱਗਿਆ ਪਿਆ ਅਤੇ ਆ ਖੈਰ ਨਾਲ ਸੂਰਜ ਕੋਈ ਨਹੀਂ ਨਿਕਲਿਆ ਆਹ ਕੁਛ ਹਾਲਾਤ ਨੇ ਨਵੇਂ ਸਾਲ ਦੇ ਸਭ ਕੁਛ ਤਬਦੀਲ ਹੋ ਜਾਣਾ ਸੂਰਜ ਤਾਂ ਕੋਈ ਨਹੀਂ ਨਿਕਲਿਆ ਖੈਰ ਨਾਲ ਅੱਜ ਦੀ ਵੀਡੀਓ ਇੱਥੇ ਪਾ ਕੇ ਮਿਲਾਂਗੇ ਕੱਲ੍ਹ ਨਵੀਂ ਵੀਡੀਓ ਨਾਲ ਨਵੇਂ ਵਲੌਗ ਨਾਲ ਔਰ ਨਵੇਂ ਸਾਲ ਨਾਲ ਅੱਲਾਹ ਹਾਫਿਜ਼।